ਆਹ ਦੇਖੋ ਆਪਾਂ ਦੋਨਾਂ ਨੂੰ ਐਂ ਬੰਦ ਕਰਕੇ ਰੱਖ ਦੇਣਾ ਚੱਕ ਬਣ ਗਈ ਗੱਲ ਆਹ ਸਰਬਿਆ ਫਰਮਾਨਾ ਆਹ ਕੁਰਸੀ ਮੇਰੇ ਭਰਾ ਦੀ ਲਾਈਵ ਹੋ ਗਿਆ ਲਾਈਵ ਹੋ ਗਿਆ ਕੋਈ ਗੱਲ ਨੀ ਕੋਈ ਗੱਲ ਨੀ ਤੁਹਾਨੂੰ ਕੈਮਰਾ ਲਓ ਜੀ ਸਤਿ ਸ਼੍ਰੀ ਅਕਾਲ ਦੋਸਤੋ ਜਿੰਨੇ ਵੀ ਸੱਜਣ ਮਿੱਤਰ ਫੇਸਬੁੱਕ ਤੇ ਇਸ ਟਾਈਮ ਜੁੜੇ ਨੇ ਸਾਡੇ ਨਾਲ ਸਾਰਿਆਂ ਨੂੰ ਇੱਕ ਸੂਤੇ ਵੇਲੇ ਤੁਹਾਡੇ ਭਰਾ ਪਰਮੀਸ਼ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਮੇਰੇ ਭਰਾ ਇੱਕ ਆਹ ਥੱਲੇ ਕਰ ਲਵਾਂ ਵੀ ਇਹ ਆਹ ਬਣ ਗਈ ਚਲੋ ਜੀ ਹੋ ਠੀਕ ਆ ਲਓ ਜੀ ਮੇਰੇ ਨਾਲ ਮੇਰਾ ਵੀਰਾ ਸਰਬਾ ਮਾਨ ਸਰਬੇ ਮਾਨ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਵੀਰੇ ਇੱਕ ਵਾਰੀ ਸਤਿ ਸ਼੍ਰੀ ਅਕਾਲ ਕਹਿ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਵਾਲੀ ਲਾਈਟ ਬੰਦ ਕਰ ਪੁੱਤ ਤੇ ਉਹ ਬੰਦ ਕਰ ਦਿਓ ਠੀਕ ਆ ਸਰਬਾ ਮਾਨ ਵੀਰਾ ਜਿਹਨੇ ਤੁਹਾਡੇ ਤੱਕ ਬੜੇ ਕਮਾਲ ਦੇ ਗੀਤ ਲੈ ਕੇ ਆਏ ਜਿਨ੍ਹਾਂ ਵਿੱਚੋਂ ਇੱਕ ਗੀਤ ਬੜਾ ਤੁਸੀਂ ਸਾਰਿਆਂ ਨੇ ਹਿੱਟ ਕੀਤਾ ਤੇਰੇ ਪਿੱਛੇ ਚੱਟੀਏ ਮੈਂ ਚੱਟਾ ਛੱਡਤਾ ਵੇਖੀ ਫੇਰ ਨਾ ਚਿੱਟੇ ਦਿਲਾਂ ਦੀ ਪੁੱਤ ਜੱਟਦਾ ਹੁਣ ਸਰਬੇ ਵੀਰ ਨਾਲ ਮੇਰਾ ਬੜਾ ਪੁਰਾਣਾ ਪਿਆਰ ਹੈ ਬਾਈ ਨੂੰ ਮੈਂ ਕਾਫੀ ਵਾਰੀ ਮਿਲਿਆ ਤੇ ਵੇਦਪਾਲ ਵੀ ਆਨਲਾਈਨ ਹੋ ਗਿਆ ਵੇਦ ਤੂੰ ਸੌਂ ਜਾ ਸਵੇਰੇ ਕੰਮ ਕਰਨਾ ਐਡੀਟਿੰਗ ਕਰਾਉਣੀ ਆ ਤੂੰ ਹੇ ਮਲੀਨਾ ਹਾਈ ਰੋਨ ਬਾਈ ਜਿਹਨੇ ਵੀ ਸੱਜਣ ਮਿੱਤਰ ਇਸ ਵੇਲੇ ਲਾਈਵ ਨੇ ਸਾਰਿਆਂ ਨੂੰ ਬਹੁਤ ਗੁਰਿੰਦਰ ਸਿੱਧੂ ਤੱਕ ਜਿੱਦ ਬਈ ਆਪਣਾ ਭਰਾ ਗੁਰਿੰਦਰ ਸਿੱਧੂ ਆਪਣਾ ਅਸਿਸਟੈਂਟ ਡਾਇਰੈਕਟਰ ਐਗਜੀਕਿਊਟਿਵ ਡਾਇਰੈਕਟਰ ਰੌਕੀ ਮੈਟਲ ਲਓ ਜੀ ਅੱਜ ਅਸੀਂ ਆਨਲਾਈਨ ਹੋਏ ਹਾਂ ਤੁਹਾਡੇ ਸਾਰੇ ਜਾਣਿਆਂ ਨਾਲ ਦੋ ਚਾਰ ਪਿਆਰ ਭਰੀਆਂ ਗੱਲਾਂ ਕਰਨ ਸੰਡੇ ਆ ਨਾ ਅੱਜ ਸਾਰੇ ਸੁੱਤੇ ਨਹੀਂ ਹੋਵੋਗੇ ਤੁਸੀਂ ਹੈ ਮੰਡੇ ਹੋ ਗਿਆ ਲਓ ਜੀ ਤੁਹਾਨੂੰ ਅੱਜ ਕਹਾਣੀ ਸੁਣਾਉਂਦੇ ਹਾਂ ਆਪਾਂ ਇੱਕ ਮਿਹਨਤਕਸ਼ ਬੰਦੇ ਦੀ ਉਹ ਬੰਦੇ ਦਾ ਨਾਂ ਜੀ ਸਰਬਾ ਮਾਨ ਤੇ ਹੁਣੇ ਅਸੀਂ ਬਾਈ ਨਾਲ ਬੈਠੇ ਗੱਲਾਂ ਬਾਤਾਂ ਮਾਰ ਰਹੇ ਸੀ ਤੇ ਉਮੀਦ ਕਰਦਾਂਗੇ ਤੁਸੀਂ ਜਿੰਨੇ ਵੀ ਬਈ ਇਸ ਵੇਲੇ ਲਾਈਵ ਹੋਵੋਗੇ ਤੁਸੀਂ ਵੀ ਮੇਰੇ ਵਾਂਗੂ ਹੀ ਹੋਵੋਗੇ ਮੂਡ 'ਚ ਲੇਟ ਨਾਈਟ ਸੰਡੇ ਆ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਆਪਾਂ ਸਰਬੇ ਬਾਈ ਦੀ ਤੇ ਸਰਬੇ ਵੀਰੇ ਤੁਸੀਂ ਹੁਣੇ ਦੱਸ ਦੇ ਜਦੋਂ ਗਿੱਪੀ ਗਰੇਵਾਲ ਭਾਅ ਜੀ ਦਾ ਗਾਣਾ ਆਇਆ ਸੀਗਾ ਅੰਗਰੇਜ਼ੀ ਬੀਟ 'ਤੇ ਉਦੋਂ ਕੀ ਹੁੰਦਾ ਸੀ ਹੁਣ ਤੁਹਾਨੂੰ ਮੈਂ ਪਹਿਲਾਂ ਦੱਸਦਾ ਬਾਈ ਇੱਕ ਬਹੁਤ ਹੀ ਕਮਾਲ ਦਾ ਲਿਰਿਸਿਸਟ ਹੈ ਅਤੇ ਇਦੋਂ ਪਹਿਲਾਂ ਬਾਈ ਬੱਸ 'ਚ ਕੰਡਕਟਰ ਹੁੰਦਾ ਸੀਗਾ ਅਤੇ ਜਦੋਂ ਬਾਈ ਨੂੰ ਕੋਈ ਪੁੱਛਦਾ ਬਾਈ ਦੱਸ ਦਿੰਦਾ ਯਾਰ ਮੈਂ ਕੰਡਕਟਰ ਸੀਗਾ ਅਤੇ ਸਾਰੇ ਯਾਰ ਮੰਨਦੇ ਨਹੀਂ ਇਸ ਗੱਲ ਨੂੰ ਕਿ ਤੂੰ ਪਤਾ ਕਲਾਕਾਰ ਹੈ ਅਤੇ ਤੂੰ ਕੰਡਕਟਰ ਕਿਵੇਂ ਹੋ ਸਕਦਾ ਪਰ ਹੁਣ ਬਾਈ ਦੀਆਂ ਆਪਾਂ ਹੱਡ ਬੀਤੀਆਂ ਦੋ ਤਿੰਨ ਕਹਾਣੀਆਂ ਸੁਣਨੀਆਂ ਨੇ ਅਤੇ ਮੈਂ ਉਮੀਦ ਕਰਦਾ ਜਦੋਂ ਮੈਂ ਇਹ ਗਾਣਾ ਸੁਣ ਰਿਹਾ ਸੀਗਾ ਬਾਈ ਦੀਆਂ ਗੱਲਾਂ ਸੁਣ ਰਿਹਾ ਸੀ ਮੈਨੂੰ ਬਾਈ ਤੋਂ ਮਤਲਬ ਇੰਸਪੀਰੇਸ਼ਨ ਬਹੁਤ ਮਿਲੀ ਕਿ ਤੁਸੀਂ ਕਿੱਥੋਂ ਤੁਰ ਕੇ ਕਿੱਥੇ ਤੱਕ ਪਹੁੰਚਦੇ ਹੋ ਹੈ ਨਾ ਇਮੋਸ਼ਨਲ ਗੱਲਾਂ ਘੱਟ ਕਰਨੀਆਂ ਨੇ ਥੋੜ੍ਹਾ ਮਨੋਰੰਜਨ ਜ਼ਿਆਦਾ ਕਰਨਾ ਸੋ ਆਪਾਂ ਪਹਿਲਾਂ ਗਿੱਪੀ ਬਾਈ ਵਾਲੇ ਕਹਾਣੀ ਵਾਲੀ ਉਹਦਾ ਉਹ ਸੁਣਦੇ ਹਾਂ ਹਾਂਜੀ ਠੀਕ ਹੈ ਦੱਸੋ ਕੀ ਹੋਇਆ ਸੀਗਾ ਉਹ ਇੱਦਾਂ ਸੀ ਵੀਰੇ ਗੱਲ ਕਿ ਮੈਂ ਨਿਊ ਦਸ਼ਮੇਸ਼ ਵਾਸਤੇ ਕਨੈਕਟਰੀ ਕਰਦਾ ਸੀ ਫਰੀਦਕੋਟ ਦੀ ਉਹ ਹੈ ਨਿਊ ਦਸ਼ਮੇਸ਼ ਬੱਸ ਅਤੇ ਉਦੋਂ ਜਦੋਂ ਮੈਂ ਕਨੈਕਟਰੀ ਕਰਦਾ ਸੀ ਉਹ ਮੇਰੇ ਤੋਂ ਮੰਗਦੇ ਸੀ ਵੀ 10,000 ਰੁਪਇਆ ਸਿਕਿਉਰਟੀ ਦੇ ਹੈ ਨਾ ਤਾਂ ਮੇਰੇ ਕੋਲ ਉਹਨਾਂ ਹੁੰਦਾ ਨਹੀਂ ਸੀ ਅਤੇ ਮੈਂ ਚਲੋ ਮੈਨੇਜਰ ਸਾਹਿਬ ਦਾ ਫਿਰ ਨਾਂ ਪਾ ਕੇ ਥੋੜ੍ਹੀ ਗੋਲ ਮੋਲ ਗੱਲ ਕਰੀ ਅਤੇ ਇੱਕ ਗੀਤ ਆਇਆ ਸੀ ਗਿੱਪੀ ਭਾਅ ਜੀ ਦਾ ਵੀ ਮਰਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ 'ਤੇ ਮੈਂ ਉਹਦੀ ਤਰਜ਼ 'ਤੇ ਇੱਕ ਗੀਤ ਲਿਖਿਆ ਸੀ ਆਪਦੀ ਕੰਪਨੀ 'ਤੇ ਨਿਊ ਦਸ਼ਮੇਸ਼ 'ਤੇ ਨਹੀਂ ਗਾਣਾ ਸੁਣਾਉਣ ਤੋਂ ਪਹਿਲਾਂ ਇਹ ਦੱਸ ਦਿਓ ਕਿ ਬਾਈ ਨੂੰ ਸੀਗਾ ਕਿ ਆਪਣਾ ਬਾਈ ਨੂੰ ਕਹਿੰਦੇ ਸਿਕਿਉਰਟੀ ਭਰਨੀ ਹੈ ਨਾ 10,000 ਅਤੇ ਬਾਈ ਨੂੰ ਕਿਸੇ ਨੇ ਕਿਹਾ 5 ਮੈਂ ਭਰ ਦਿੰਦਾ 5 ਤੂੰ ਭਰ ਦੇ ਤੇ ਬਾਈ ਕਹਿੰਦਾ ਨਹੀਂ 10 ਦੇ 10 ਹੀ ਤੁਸੀਂ ਭਰ ਦਿਓ 20 ਰੁਪਏ ਕਰਕੇ ਕੱਟ ਲਿਆ ਕਰੋ ਹਾਂ ਬਾਈ ਕਹਿੰਦਾ ਮੇਰੀ ਦਿਹਾੜੀ 'ਚ 20 ਰੁਪਏ ਕੱਟ ਲਿਆ ਕਰੋ ਯਾਰ ਹਾਂਜੀ ਹੈਨਾ ਤੇ ਉਦੋਂ ਬਾਅਦ ਫਿਰ ਬਾਈ ਨੇ ਗਾਣਾ ਲਿਖਿਆ ਇੱਕ ਜਿਹੜਾ ਗਿੱਪੀ ਭਾਈ ਦਾ ਜਿਨ੍ਹਾਂ ਦੀ ਫਿਲਮ ਮਾਰੀ ਮੰਜੇ ਬਿਸਤਰੇ ਸਾਰੇ ਜਣੇ ਜ਼ਰੂਰ ਦੇਖਣੀ ਆ ਉਹਦਾ ਬਾਈ ਹੋਰਾਂ ਦਾ ਗਾਣਾ ਸੀ ਹਨੀ ਸਿੰਘ ਨਾਲ ਅੰਗਰੇਜ਼ੀ ਬੀਟ ਦੇ ਉਸ ਕੰਪੋਜੀਸ਼ਨ ਤੇ ਵੀਰੇ ਨੇ ਗਾਣਾ ਲਿਖਿਆ ਜੋ ਤੁਹਾਡਾ ਪਹਿਲਾ ਗਾਣਾ ਸੀ ਉਹ ਹਾਂਜੀ ਉਹ ਗਾਣਾ ਬਾਈ ਤੁਹਾਨੂੰ ਸੁਣਾਊਗਾ ਉਹ ਸੀਗਾ ਜੀ ਕਹਿੰਦਾ ਮੈਂ ਮਸਾਂ ਕੰਪਨੀ ਲੱਭੀ 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 ਆਪਣੀ ਬੇਸ ਤੇ ਉਹ ਮੈਂ ਮਸਾਂ ਕੰਪਨੀ ਲੱਭੀ 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 ਆਪਣੀ ਬੇਸ ਤੇ ਤੇਰਾ ਯਾਰ ਕਨੈਕਟਰੀ ਕਰਦਾ ਨਹੀਂ ਹੁਣ ਨਿਊ ਦਸ਼ਮੇਸ਼ ਤੇ ਤੇਰਾ ਯਾਰ ਕੰਡਕਟਰੀ ਕਰਦਾ ਨਹੀਂ ਹੁਣ ਨਿਊ ਦਸ਼ਮੇਸ਼ ਤੇ ਉਹ ਮੈਨੂੰ ਮਿਲੀ 42-75 ਨਵੀਂ ਨਕੋਰੀ ਆ ਨਿੱਤ ਗੇਟ ਮੂਰ ਦੀ ਲੰਘਦਾ ਕਾਹਦੀ ਚੋਰੀ ਆ ਉਹ ਮਸਾਂ ਟਾਈਮ ਤੇ ਲੱਗਦੀ ਪੂਰੀ ਰੇਸ ਤੇ ਤੇਰਾ ਯਾਰ ਕੰਡਕਟਰੀ ਕਰਦਾ ਨਹੀਂ ਹੁਣ ਨਿਊ ਦਸ਼ਮੇਸ਼ ਤੇ ਅੱਗੇ ਥੋੜ੍ਹੀ ਰੈਪ ਸੀ ਵਿੱਚ ਪੁੱਤਰ ਮਾਤਾ ਆ ਗਿਆ ਚੀਮਾ ਬੇ ਭਾਈ ਤੂੰ ਤਾਂ ਬੜਾ ਕਮੀਨਾ ਤੇਰਾ ਕੀ ਕਰਵਾਇਆ ਬੀਮਾ ਪੈਰ ਪੌੜੀ ਤੋਂ ਥੱਲੇ ਲਾ ਲਾ ਟਾਈਮ ਵੇਖ ਲਾ ਹੋ ਗਿਆ ਬਾਹਲਾ ਕਾਕਾ ਜੀ ਨੂੰ ਵਾਗਿਆ ਲਾਂਭਾ ਦਫ਼ਤਰੋਂ ਮੇਰੇ ਪੈਣੀਆਂ ਡਾਂਗਾ ਅੱਗੇ ਮਾਤਾ ਕਹਿੰਦੀ ਖੜਤਾ ਜਾਵੇ ਬਹੁਤ ਕਾਲਿਆ ਸਿੱਟ ਨਾ ਦੀ ਮੇਰੇ ਪਿਓ ਦੇ ਸਾਲਿਆਂ ਸੋ ਹਨਾ ਜੀ ਉਦੋਂ ਬਾਅਦ ਬਾਈ ਦੇ ਫਿਰ ਜਿਹੜੇ ਨਿਊ ਦਸ਼ਮੇਸ਼ ਵਾਲੇ ਸੀਗੇ ਬੰਦੇ ਹਨਾ ਬਾਈ ਹੁਣ ਐਂ ਆ ਕਿ ਜਾਂ ਤਾਂ ਫਿਰ ਨਿਊ ਦਸ਼ਮੇਸ਼ ਵਾਲੇ ਹੁਣ ਜਿਹੜੇ ਵੀ ਬੱਸ ਵਾਲੇ ਨੇ ਹੁਣ ਬਾਈ ਨੂੰ ਆ ਕੇ ਇੱਕ ਨਹੀਂ ਮਿਲਿਓ ਜ਼ਰੂਰ ਤੇ ਚੈੱਕ ਚੁੱਕ ਦੇ ਕੇ ਜਾਓ ਬਾਈ ਨੂੰ ਜਿਹੜੀ ਤੁਹਾਡੀ ਵੱਡੇ ਪੱਧਰ ਤੇ ਪਬਲਿਸਿਟੀ ਕੀਤੀ ਆ ਅੱਜ ਹੈ ਨਹੀਂ ਨਹੀਂ ਜੀ ਬਹੁਤ ਪਿਆਰ ਕਰਦੇ ਵੀਰੇ ਇੱਕ ਬਾਈ ਨੇ ਇੱਕ ਹੋਰ ਗਾਣਾ ਇੱਕ ਕਹਾਣੀ ਲਿਖੀ ਸੀ ਗਾਣੇ ਦੇ ਰੂਪ ਵਿੱਚ ਉਹ ਕਿਹੜੀ ਸੀਗੀ
ਉਹ ਜੇ ਇੱਕ ਕੁੜੀ ਮੁੰਡੇ ਸਟੋਰੀ ਆ ਪੱਖੋ ਗੈਂਚੀ ਤੋਂ ਮੇਰੇ ਪਿੰਡ ਭਗਤਪੁਰਾ ਮੋੜ ਦੇ ਨਾਲ ਪੱਖੋ ਗੈਂਚੀਆਂ ਉੱਥੋਂ ਉਸ ਥਾਂ ਤੋਂ ਲੈ ਕੇ ਕੋਟਕਪੂਰੇ ਤੱਕ ਦੇ ਇੱਕ ਮੁੰਡੇ ਕੁੜੀ ਦੀ ਕਹਾਣੀ ਆ ਉਹ ਸੀਗਾ ਵੀ ਮੁੰਡਾ ਕਹਿੰਦਾ ਵੀ ਕਹਿੰਦਾ ਉਹ ਦੱਸਣ ਲੱਗਾ ਇੱਕ ਹਕੀਕਤ ਜੋ ਮੇਰੇ ਨਾਲ ਹੋਇਆ ਬਈ ਪੱਖੋ ਕੈਂਚੀਆਂ ਤੋਂ ਮੈਂ ਇੱਕ ਦਿਨ ਬੱਸ ਵਿੱਚ ਝਾੜ ਖਲੋਇਆ ਉਹ ਕੋਟਕਪੂਰੇ ਜਾਣਾ ਸੀ ਮੈਂ ਕੰਮ ਸੀ ਬੜਾ ਜ਼ਰੂਰੀ ਜਾਏ ਬਿਨ ਵੀ ਸਰਦਾ ਨਹੀਂ ਸੀ ਬਾਹੀ ਜੀ ਮਜਬੂਰੀ ਉਹ ਤਾਕੀ ਵਾਲੀ ਨਾਲ ਦੀ ਸ਼ੀਟ ਤੇ ਬੈਠੀ ਪਰੀਆਂ ਦੀ ਰਾਣੀ ਉੱਚੀ ਲੰਮੀ ਸੋਹਣੀ ਵਾਧੂ ਵੇਖੀ ਨਜ਼ਰਾਂ ਥਾਣੀ ਬੱਸ ਵਿੱਚ ਨਾ ਸੀਟ ਸੀ ਖਾਲੀ ਵੇਖੀ ਨਿਗਾਹ ਘੁਮਾ ਕੇ ਉਹੀ ਇਕੱਲੀ ਬੈਠੀ ਦਿਸਗੀ ਨਾਲ ਬੈਠ ਗਿਆ ਜਾ ਕੇ ਕੋਲੇ ਆਣ ਕੰਡਕਟਰ ਕਹਿੰਦਾ ਕਿੱਥੇ ਜਾਣਾ ਹੈ ਆੜੀ ਜਦ ਮੈਂ ਆਖਿਆ ਕੋਟਕਪੂਰੇ ਕਹਿੰਦਾ ਕੱਢ ਪੜਤਾਲੀ ਬਈ ਟਿਕਟ ਕਟਾ ਕੇ ਸ਼ੀਟ ਦੇ ਉੱਤੇ ਲੋਟ ਜੇ ਹੋ ਕੇ ਬਹਿ ਗਿਆ ਉਖਲੀ ਦੇ ਵਿੱਚ ਬੱਸ ਫੁੜਕ ਗਈ ਮੋਢੇ ਨਾਲ ਮੋਢਾ ਖਹਿ ਗਿਆ ਮੈਨੂੰ ਕਹਿੰਦੀ ਐਸਕਿਊਜ ਮੀ ਸੁਣਿਓ ਇਹ ਸ਼ਹਿਰ ਸੀ ਕਿਹੜਾ ਉਹ ਮਾਖਿਓ ਮਿੱਠਾ ਬੋਲੇ ਉਸਦਾ ਦਿਲ ਚੀਰ ਗਿਆ ਮੇਰਾ ਉਹ ਮੈਂ ਆਖਿਆ ਇਹ ਪੱਖੋ ਕੈਂਚੀਆਂ ਅੱਗੇ ਆਊ ਸਹਿਣਾ ਸੱਚੀ ਬੜਾ ਹੀ ਕਾਤਲਾਨਾ ਸੀ ਉਸਦਾ ਥੈਂਕ ਯੂ ਕਹਿਣਾ ਉਹ ਹੌਲੀ ਹੌਲੀ ਗੱਲ ਖੁੱਲ ਗਈ ਆਪਾਂ ਵੀ ਫਿਰ ਖੁੱਲ ਗਏ ਬੱਸ ਵਿੱਚ ਕੋਈ ਹੋਰ ਵੀ ਬੈਠਾ ਯਾਰ ਸੀ ਇਹ ਗੱਲ ਭੁੱਲ ਗਏ ਮੈਂ ਕਿਹਾ ਮੈਡਮ ਕਿੱਥੇ ਜਾਣਾ ਕਿੱਥੋਂ ਹੋ ਤੁਸੀਂ ਆਏ ਸੁਰਖ ਗੁਲਾਬੀ ਬੁੱਲਾਂ ਵਿੱਚੋਂ ਉਸਨੇ ਬੋਲ ਸੁਣਾਏ ਉਹ ਕੋਟਕਪੂਰੇ ਚੱਲੀ ਹਾਂ ਤੇ ਪਟਿਆਲੇ ਹਾਂ ਰਹਿੰਦੀ ਇੰਨੇ ਵਿੱਚ ਫਿਰ ਚੁੱਪ ਹੋ ਗਈ ਉਹ ਕਹਿੰਦੀ ਕਹਿੰਦੀ ਮੈਂ ਕਿਹਾ ਮੈਡਮ ਪੜ੍ਹਦੀ ਏ ਜਾਂ ਜੋਬ ਫੇਰ ਕੋਈ ਕਰਦੀ ਮੈਨੂੰ ਕਹਿੰਦੀ ਪੀ ਟੀ ਯੂ ਵਿੱਚ ਫਸਟ ਈਅਰ ਵਿੱਚ ਪੜ੍ਹਦੀ ਉਹ ਮੈਨੂੰ ਕਹਿੰਦੀ ਤੁਸੀਂ ਵੀ ਦੱਸੋ ਤੁਸੀਂ ਕੀ ਅੱਜ ਕੱਲ੍ਹ ਕਰਦੇ ਉਹ ਜਾਂ ਫਿਰ ਕੋਈ ਬਿਜ਼ਨਸ ਤੁਹਾਡਾ ਜਾਂ ਤੁਸੀਂ ਉਹ ਪੜ੍ਹਦੇ ਓਏ ਉਸਦੀ ਇਹ ਗੱਲ ਸੁਣ ਕੇ ਵੀ ਦਿਲੇ ਅੰਦਰੋਂ ਅੰਦਰੀ ਹੱਸੇ ਮੈਂ ਕਿਹਾ ਮੈਡਮ ਯਾਰ ਤਾਂ ਪੰਜ ਜਮਾਤਾਂ ਤੋਂ ਨਹੀਂ ਟੱਪੇ ਉਹ ਨਾ ਹੀ ਸਾਨੂੰ ਪੜ੍ਹਨਾ ਆਇਆ ਨਾ ਬਾਪੂ ਨੇ ਲਾਇਆ ਚਾਰ ਵਜੇ ਨਾਲ ਠਾ ਕੇ ਸਾਨੂੰ ਖੇਤਾਂ ਵੱਲ ਭਜਾਇਆ ਉਹ ਅੱਜ ਵੀ ਕਿੱਲੀ ਉੱਤੇ ਟੰਗਿਆ ਪਿਆ ਬੋਰੀ ਦਾ ਬਸਤਾ ਬਈ ਪਤਾ ਨਹੀਂ ਲੱਗਿਆ ਗੱਲੀ ਗੱਲੀ ਕਦੋਂ ਆ ਗਿਆ ਭਗਤਾ ਇੱਕ ਦੂਜੇ ਨਾਲ ਹੱਸ ਹੱਸ ਕੇ ਅਸੀਂ ਸੀ ਗੱਲਾਂ ਕਰਦੇ ਉਹ ਕਿੱਦਾਂ ਮੁੰਡਾ ਗੰਦ ਪਾ ਰਿਹਾ ਵੇਖ ਲੋਕ ਸੀ ਸੜਦੇ ਉਹ ਮੈਨੂੰ ਕਹਿੰਦੀ ਮਾਪਿਆਂ ਨੇ ਮੈਂ ਚਾਵਾਂ ਦੇ ਨਾਲ ਪਾਲੀ ਬਾਜਾ ਖਾਨਾ ਟੱਪ ਗਿਆ ਸੀ ਆ ਗਈ ਸੀ ਬਰਗਾੜੀ ਮੇਰੇ ਬਾਰੇ ਪੁੱਛਿਆ ਉਸਨੇ ਆਪਣੇ ਬਾਰੇ ਦੱਸਿਆ ਨਾਮੇ ਉਸਦਾ ਜੈਸਮੀਨ ਸੀ ਪਿਆਰ ਨਾ ਮਾਪਿਆਂ ਰੱਖਿਆ ਉਹ ਚਲੋ ਆ ਗਿਆ ਕੋਟਕਪੂਰਾ ਆਵਾਜ਼ ਕੰਡਕਟਰ ਮਾਰੀ ਪੁੱਛੋ ਨਾ ਫਿਰ ਬਣੀ ਬਣਾਈ ਖੇਡ ਵਿਗੜ ਗਈ ਸਾਰੀ ਪੋਲੇ ਪੋਲੇ ਕਦਮਾਂ ਦੇ ਨਾਲ ਉਤਰੀ ਕੋਟਕਪੂਰੇ ਉਹ ਸਹੁੰ ਰੱਬ ਦੀ ਫਿਰ ਸਰਬੇ ਮਾਨ ਦੇ ਰਹਿ ਗਏ ਚਾਹੇ ਅਧੂਰੇ ਉਹ ਵੇਖ ਰਹੀ ਸੀ ਉਹ ਵੀ ਮੈਨੂੰ ਪਿੱਛੇ ਮੁੜ ਮੁੜ ਖੜ ਖੜ ਕੇ ਦਿਲ ਕੀਤਾ ਹੈ ਰੋਕ ਲਵਾਂ ਮੈਂ ਬਾਂਹ ਉਸ ਦੀ ਫੜ ਕੇ ਘਰੇ ਆਪਣੇ ਨੂੰ ਚਾਲੇ ਪਾ ਗਈ ਉਹ ਕਰਵਾ ਕੇ ਰਿਕਸ਼ਾ ਮੇਰੇ ਨਾਲ ਬਈ ਉਹੀ ਹੋ ਗਿਆ ਡਰ ਸੀ ਮੈਨੂੰ ਜਿਸਕਾ ਉਹ ਹੁੰਦੀ ਹੁੰਦੀ ਹੌਲੀ ਹੌਲੀ ਹੋ ਗਈ ਅੱਖੋਂ ਓਲੇ ਦਿਲ ਮੇਰਾ ਕਮਲਾ ਆਸ਼ਕ ਉਸ ਨੂੰ ਹੁਣ ਵੀ ਬੱਸ ਵਿੱਚ ਟੋਲੇ ਸ਼ਾਮਾਂ ਤੱਕ ਮੈਂ ਕੰਮ ਮੁਕਾ ਕੇ ਘਰ ਨੂੰ ਸੀ ਮੁੜੇ ਆਇਆ ਉਸ ਕੁੜੀ ਦੀ ਯਾਦ ਨੇ ਸੱਚੀ ਮੈਨੂੰ ਬੜਾ ਸਤਾਇਆ ਉਹ ਹੱਸੂ ਹੱਸੂ ਕਰਦਾ ਸੀ ਉਹਦਾ ਕਿਊਟ ਬੜਾ ਸੀ ਫੇਸ ਕਰਮਾਂ ਵਾਲੀ ਕਿਵੇਂ ਭੁੱਲ ਜਾਂ ਬੱਸ ਸੀ ਨਿਊ ਦਸ਼ਮੇਸ਼ ਉਹ ਅੱਜ ਵੀ ਮੈਨੂੰ ਆਉਂਦਾ ਰਹਿੰਦਾ ਏ ਉਸ ਕੁੜੀ ਦਾ ਚੇਤਾ ਬਈ ਭਗਤਪੁਰੇ ਵਿੱਚ ਮੋੜ ਮੋੜ ਤੇ ਹੁਣ ਵੀ ਪਵੇ ਭੁਲੇਖਾ ਉਹ ਕਦੇ ਕਦੇ ਮੈਂ ਇਕੱਲਾ ਬਹਿ ਕੇ ਸੋਚ ਲੈਂਦਾ ਏ ਸੱਚੀ 82888 ਤੇ ਬਈ 36925 ਉਹ ਲਿਖ ਕੇ ਉਸਨੂੰ ਦੇ ਦਿੰਦਾ ਜੇ ਉਹ ਵੀ ਤਾਂ ਫੜ ਲੈਂਦੀ ਉਹ ਕਦੇ ਕਦੇ ਪਟਿਆਲਿਓ ਮਾਨਾ ਫੋਨ ਤੈਨੂੰ ਕਰ ਲੈਂਦੀ ਉਹ ਕਦੇ ਕਦੇ ਪਟਿਆਲਿਓ ਪਰਮੀਸ ਸਿਆ ਫੋਨ ਤੈਨੂੰ ਕਰ ਲੈਂਦੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਉਮੀਦ ਕਰਾਂ ਤੁਹਾਨੂੰ ਸਾਰਿਆਂ ਨੂੰ ਗਾਣਾ ਬਹੁਤ ਪਸੰਦ ਆਊਗਾ ਅਸੀਂ ਹੁਣੇ ਥੋੜ੍ਹੀ ਦੇਰ ਪਹਿਲਾਂ ਸੁਣ ਕੇ ਹਟੇ ਹਾਂ ਅਤੇ ਮੈਂ ਲੱਗਿਆ ਮੈਂ ਕਿਹਾ ਇਹ ਤਾਂ ਇਹੋ ਜਿਹਾ ਇੱਕ ਮਤਲਬ ਮਾਸਟਰਪੀਸ ਆ ਬਾਈ ਕੋਲ ਜਿਹੜਾ ਮੈਨੂੰ ਲੱਗਦਾ ਮੇਰੀ ਆਡੀਅੰਸ ਜਿਹੜੇ ਮੇਰੇ ਪਿਆਰ ਕਰਨ ਵਾਲੇ ਮੇਰੇ ਸਰੋਤੇ ਮੇਰੇ ਚਾਹੁਣ ਵਾਲੇ ਨੇ ਉਹਨਾਂ ਤੱਕ ਜ਼ਰੂਰ ਪਹੁੰਚੇ ਜੇ ਤੁਹਾਨੂੰ ਵਧੀਆ ਲੱਗਿਆ ਤੁਸੀਂ ਸ਼ੇਅਰ ਕਰਨਾ ਅਤੇ ਸਰਬੇਮਾਨ ਬਾਈ ਨੂੰ ਐਡ ਜ਼ਰੂਰ ਕਰਨਾ ਅਤੇ ਬਾਈ ਨੂੰ ਸ਼ੇਅਰ ਕਰਨਾ ਅਤੇ ਪਤਾ ਲੱਗੇ ਲੋਕਾਂ ਨੂੰ ਯਾਰ ਕਿ ਸਰਬੇਮਾਨ ਇੱਕ ਸਿਰਾ ਲਿਖਾਰੀ ਸਿਰਾ ਬੰਦਾ ਅਤੇ ਇੱਕ ਬਹੁਤ ਹੀ ਇੱਕ ਬੰਦਾ ਜਿਹਨੇ ਮਿਹਨਤ ਕਰਕੇ ਅੱਜ ਤੱਕ ਇੱਥੇ ਤੱਕ ਪਹੁੰਚਿਆ ਅਤੇ ਮੈਨੂੰ ਲੱਗਦਾ ਜਿੰਨੇ ਕਿ ਮੇਰੇ ਇੱਕ ਸੱਜਣ ਨੇ ਮੇਰੇ ਸਰੋਤੇ ਨੇ ਮੈਨੂੰ ਪਿਆਰ ਕਰਨ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਂ ਜਿੱਥੋਂ ਉੱਠ ਕੇ ਆਇਆ ਮੈਨੂੰ ਮੇਰੀ ਸਟਰਗਲ ਬਹੁਤ ਵੱਡੀ ਲੱਗਦੀ ਅਤੇ ਮੈਨੂੰ ਲੱਗਦਾ ਹਰ ਬੰਦਾ ਜੋ ਮਿਹਨਤ ਕਰਕੇ ਕਿਤੇ ਪਹੁੰਚਦਾ ਹੈ ਨਾ ਉਹਨਾਂ ਦੀ ਸਿਰਫ ਉਹਦੀ ਸਟੋਰੀ ਨੂੰ ਹੀ ਆਪਣੇ ਆਪ ਦੇ ਵਿੱਚ ਕੀ ਕਹਿੰਦੇ ਨੇ ਬਹੁਤ ਸਾਰੀ ਰਿਸਪੈਕਟ ਹੁੰਦੀ ਹੈ ਜਦੋਂ ਮੈਂ ਸਰਬੇ ਵੀਰੇ ਨੂੰ ਮਿਲਦਾ ਮੈਨੂੰ ਲੱਗਦਾ ਕਿ ਸਰਬਿਆ ਵੀਰਾ ਹੈਜ਼ ਕਮ ਫਰੋਮ ਸੋ ਫਾਰ ਉਹਨਾਂ ਨੇ ਉਹਨਾਂ ਦੇ ਲਾਈਫ ਨੇ ਜਿਹੜੇ ਲਾਈਫ ਦੇ ਵਿੱਚ ਕੀ ਕਹਿੰਦੇ ਨੇ ਆਪਣੇ ਡੈਮੋਗ੍ਰਾਫਿਕਸ ਇੰਨੇ ਵੱਡੇ ਨੇ ਬਾਈ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚਿਆ ਉਹਦੇ ਲਈ ਬਾਈ ਨੂੰ ਸਲੂਟ ਹੈ ਅਤੇ ਬਾਈ ਐਡਾ ਕਮਾਲ ਦਾ ਬੰਦਾ ਹੈ ਕਿ ਬਾਈ ਨੂੰ ਬਹੁਤ ਪਿਆਰ ਹੈ ਸੋ ਸਰਬੇ ਵੀਰੇ ਨੂੰ ਜਿਹੜੇ ਵੀ ਸੱਜਣ ਜਿਨ੍ਹਾਂ ਨੂੰ ਵੀ ਗਾਣਾ ਵਧੀਆ ਲੱਗਿਆ ਸ਼ੇਅਰ ਕਰਿਓ ਅਤੇ ਆਪਣੇ ਨਾਲਦਿਆਂ ਨੂੰ ਦੱਸਿਓ ਕਿ ਸਰਬੇ ਬਾਈ ਦਾ ਗਾਣਾ ਆ
ਦੱਸਦਾ ਬਾਈ ਸਰਬੇ ਜਿਹੜੀ ਇੱਕ ਹੋਰ ਗੱਲ ਤੂੰ ਦੱਸਣ ਨਹੀਂ ਦਿੰਦਾ ਨਹੀਂ ਉਹ ਨਹੀਂ ਦੱਸਣੀ ਅੱਛਾ ਇੱਕ ਗੱਲ ਹੋਰ ਇੱਕ ਗੱਲ ਹੋਰ ਹੈ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣੀ ਚਾਹੁੰਦਾ ਪਰ ਸਰਬਾ ਦੱਸਣ ਨਹੀਂ ਦਿੰਦਾ ਮੈਂ ਹੈਗਾ ਤੁਹਾਨੂੰ ਪਤਾ ਮੂੰਹ ਫੱਟ ਮੈਂ ਦੱਸ ਦੇਣਾ ਹੁੰਦਾ ਨਾਲ ਦੇ ਨੂੰ ਕਿ ਬਾਈ ਐ ਚੱਲ ਰਿਹਾ ਕੰਮ ਇਹ ਚੀਜ਼ਾਂ ਹੋਣੀਆਂ ਨੇ ਪਰ ਸਰਬਾ ਵੀ ਦੱਸ ਦਿੰਦਾ ਮੈਂ ਵੀ ਮੇਰੇ ਕੋਲ ਦੱਸਣਾ ਹਾਂ ਇੱਕ ਦੋ ਬਿਗ ਸਰਪ੍ਰਾਈਜ਼ ਨੇ ਤੁਹਾਡੇ ਸਾਰਿਆਂ ਤੱਕ ਬਹੁਤ ਛੇਤੀ ਲੈ ਕੇ ਆਵਾਂਗੇ ਬਹੁਤ ਹੀ ਛੇਤੀ ਤੁਹਾਨੂੰ ਬਸ ਇੰਨਾ ਕੁ ਦੱਸ ਦਈਏ ਕਿ ਰੌਕੀ ਮੈਟਲ ਆਪਣੀ ਜਿਹੜੀ 17/3/17 ਨੂੰ ਰਿਲੀਜ਼ ਹੋਣੀ ਸੀ ਉਹ ਥੋੜ੍ਹੀ ਲੇਟ ਹੋ ਗਈ ਕਿਉਂਕਿ ਮੇਰੇ ਐਕਸੀਡੈਂਟ ਕਰਕੇ 2 ਮਹੀਨੇ ਸ਼ੂਟ ਲੇਟ ਹੋਇਆ ਸੋ ਮੂਵੀ ਮੋਸਟ ਲਾਈਕਲੀ 2-3 ਮਹੀਨੇ ਤੱਕ ਆਊਗੀ ਸੋ ਜੁਲਾਈ ਦੇ ਵਿੱਚ ਮੂਵੀ ਰਿਲੀਜ਼ ਹੋਊ ਜੁਲਾਈ ਔਗਸਟ ਦੇ ਵਿੱਚ ਉਹ ਤੱਕ ਪਲੀਜ਼ ਵੇਟ ਕਰਿਓ ਅਤੇ ਮੂਵੀ ਸ਼ੂਟ ਹੋ ਚੁੱਕੀ ਹੈ ਸਿਰਫ 2 ਗਾਣੇ ਸ਼ੂਟ ਹੋਣ ਵਾਲੇ ਰਹਿੰਦੇ ਨੇ ਸਰਪ੍ਰਾਈਜ਼ ਤੁਹਾਨੂੰ ਫਿਰ ਦੱਸਾਂਗੇ ਸਰਵੇ ਕੋਈ ਹੋਰ ਗਾਣਾ ਸੁਣਾਉਣਾ ਦੱਸੋ ਜੀ ਤੁਸੀਂ ਦੱਸੋ ਕੋਈ ਵੀ ਕਹਾਣੀ ਕੋਈ ਵੀ ਚੀਜ਼ ਜੋ ਆਪਾਂ ਸੁਣਾਉਣੀ ਹੋਵੇ ਦਰਸ਼ਕ 27 ਸੁਣਾਉਣੀ ਹੈ ਜੀ ਮੇਰੀ ਜ਼ਿੰਦਗੀ ਰੀਅਲ ਆ ਹਾਂਜੀ ਹਾਂ ਅੱਛਾ ਉਦੋਂ ਪਹਿਲਾਂ ਮੈਂ ਗੱਲ ਦੱਸਾਂ ਸਰਬੇ ਵੀਰੇ ਦਾ ਵੀ ਟਰੈਕ ਆਉਣਾ ਬਹੁਤ ਛੇਤੀ ਉੱਤੇ ਅਸੀਂ ਵਰਕ ਕਰ ਰਹੇ ਹਾਂ ਜੇ ਆ ਗਾਣਾ ਕੀ ਕਹਿੰਦੇ ਬਹੁਤ ਛੇਤੀ ਤੁਹਾਡੇ ਤੱਕ ਲੈ ਕੇ ਆਵਾਂਗੇ ਇਹ ਗਾਣਾ ਹੱਡ ਬੀਤੀ ਆ ਇਹਦੀ ਇਹਦੇ ਇਸਦੇ ਡੂੰਘਾਈ 'ਚ ਨਹੀਂ ਜਾਂਦੇ ਮੈਨੂੰ ਲੱਗਦਾ ਮੂਵਮੈਂਟ ਨਹੀਂ ਹੈਗੀ ਇਹ ਸਮਾਂ ਨਹੀਂ ਹੈਗਾ ਇਸ ਗੱਲ ਦੀ ਡੂੰਘਾਈ 'ਚ ਜਾਣ ਦਾ ਇਹ ਸਮਾਂ ਨਹੀਂ ਹੈਗਾ ਪਰ ਇੱਕ ਤੁਸੀਂ ਮਜ਼ਾਕੀਆ ਗਾਣਾ ਸੁਣਿਆ ਪਰ ਇੱਕ ਬਹੁਤ ਹੀ ਸੀਰੀਅਸ ਅਤੇ ਬਹੁਤ ਹੀ ਖੂਬਸੂਰਤ ਗਾਣਾ ਜਿਹਦੇ ਜੋ ਮੇਰੇ ਬਹੁਤ ਦਿਲ ਦੇ ਕਲੋਜ਼ ਆ ਰੌਲੇ ਦੀ ਪੈਲੀ ਉਹ ਗਾਣਾ ਤਾਂ ਤੁਹਾਨੂੰ 27 ਸੁਣਾਉਂਦੇ ਆ ਸਰ ਆਪਣਾ ਸਰਬੇ ਬਾਈ ਵੱਲੋਂ ਨਾ ਚਾਚਾ ਮੰਨਿਆ ਨਾ ਮੰਨਿਆ ਦਾਦਾ ਇਹ ਦੁਸ਼ਮਣੀ ਘਰ ਖਾ ਗਈ ਸਾਡਾ ਨਾ ਚਾਚਾ ਮੰਨਿਆ ਨਾ ਮੰਨਿਆ ਦਾਦਾ ਇਹ ਦੁਸ਼ਮਣੀ ਘਰ ਖਾ ਗਈ ਸਾਡਾ ਤੂੰ ਵੀ ਉਦੋਂ ਕੁਝ ਬੋਲੀ ਨਾ ਹੁਣ ਤੈਨੂੰ ਕੌਣ ਆਬਾਦ ਕਰੇ ਤੂੰ ਦੱਸ ਰੌਲੇ ਦੀ ਇਹ ਪੈਲੀਏ ਨੀ ਤੈਂ ਕਿੰਨੇ ਕਰ ਬਰਬਾਦ ਕਰੇ ਦੱਸ ਰੌਲੇ ਦੀ ਇਹ ਪੈਲੀਏ ਨੀ ਤੈਂ ਕਿੰਨੇ ਕਰ ਬਰਬਾਦ ਕਰੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਰੌਲੇ ਦੀ ਪੈਲੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇੱਕ ਆਪਣੇ ਆਪ 'ਚ ਬੜਾ ਵੱਡਾ ਇਸ਼ੂ ਹੈ ਜੇ ਆਹ ਵੀਡੀਓ ਸ਼ੇਅਰ ਕਰਦੇ ਹੋ ਆਪਣੇ ਸੱਜਣਾ ਮਿੱਤਰਾਂ ਤੱਕ ਪਹੁੰਚਾਉਂਦੇ ਹੋ ਕੱਲ੍ਹ 2 ਮਿਊਜ਼ਿਕ ਕੋਈ ਲੇਬਲ ਆ ਆਡੀਅੰਸ ਇਹ ਗਾਣਾ ਚਾਹੁੰਦੀ ਆ ਕਿ ਸਾਡੇ ਤੱਕ ਆਵੇ ਚੰਗਾ ਗੀਤ ਜਿਵੇਂ ਤਕਦੀਰ ਇੱਕ ਕੱਲ੍ਹ ਆਇਆ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਆਪਦੇ ਯਾਰਾਂ ਦੋਸਤਾਂ ਨਾਲ ਸੱਜਣਾ ਮਿੱਤਰਾਂ ਨਾਲ ਅਤੇ ਚੰਗਾ ਕੰਮ ਕਰਨ ਦੀ ਉਮੀਦ ਕਰਦੇ ਰਹਾਂਗੇ ਮੇਰੇ ਵੱਲੋਂ ਸਰਬੇ ਬਾਈ ਨੂੰ ਬਹੁਤ ਸਾਰਾ ਪਿਆਰ ਅਤੇ ਉਦੋਂ ਵੱਧ ਰਿਗਾਰਡ ਅਤੇ ਉਦੋਂ ਵੱਧ ਰਿਸਪੈਕਟ ਸੋ ਪਿਆਰ ਦਿਓ ਵੀਰੇ ਅਤੇ ਜਿੰਨੇ ਵੀ ਸੱਜਣ ਮਿੱਤਰ ਆਡੀਅੰਸ ਵੇਖ ਰਹੀ ਹੈ ਲਾਈਵ ਪਲੀਜ਼ ਸ਼ੇਅਰ ਜ਼ਰੂਰ ਕਰਿਓ ਅਤੇ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਤੁਹਾਡੇ ਸਾਰਿਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ ਥੈਂਕ ਯੂ ਚੰਗਾ ਜੀ ਗੁੱਡ ਨਾਈਟ